ਢਿੱਲੋਂ ਸਾਹਿਬ ਆ ਇੱਕ ਬੜਾ ਸਕੈਂਡਲ ਆ ਪੰਜਾਬ ਦੇ ਵਿੱਚ। ਪਹਿਲਾਂ ਦੇਖੋ ਹੁਸ਼ਿਆਰਪੁਰ ਸਕੈਂਡਲ ਹੋ ਕੇ ਹਟਿਆ, ਜਿੱਥੇ ਥੋੜ੍ਹਾ ਮੋਟਾ ਹਾਈਵੇ ਚੌੜਾ ਉਹਨਾਂ ਦਾ ਲੀਡਰ ਅਫਸਰ ਅੱਗਾ ਖਰੀਦ ਲੈਂਦੇ ਆ ਵੀ ਇਹ ਜ਼ਮੀਨ ਅਕੁਆਇਰ ਹੋਊਗੀ। ਆ ਨਵਾਂ ਕਿੱਥੋਂ ਦਾ ਭੂਮੀ ਸਕੈਂਡਲ ਹਾਈਵੇ ਵਾਲਾ ਆ ਗਿਆ ਜੀ, ਇਹ ਦੱਸਿਓ। ਸਕੈਂਡਲ ਦਾਨੇਵਾਲੀਆ ਸਾਹਿਬ, ਪੰਜਾਬ ਦੀ ਧਰਤੀ ਦੇ ਉੱਤੇ ਉਹ ਕਿਹੜੀ ਇੱਟ ਹੈ ਜਿਹਦੇ ਥੱਲੇ ਸਕੈਂਡਲ ਨਹੀਂ ਪਿਆ? ਬਿਲਕੁਲ, ਹਰ ਇੱਟ ਦੇ ਥੱਲੇ ਸਕੈਂਡਲ ਪਿਆ ਪੰਜਾਬ ਦੀ। ਜੇ ਅਸੀਂ ਪੰਜਾਬ ਦੀ ਹਿਸਟਰੀ ਤੇ ਨਜ਼ਰ ਮਾਰੀਏ ਜੀ, ਤੇ ਪੰਜਾਬ ਦੇ ਜਿਸ ਵੀ ਇਲਾਕੇ ਦੇ ਵਿੱਚ ਤੁਸੀਂ ਕੋਈ ਇੱਟ ਚੱਕ ਲਓ, ਉਸ ਇੱਟ ਦੇ ਥੱਲੇ ਕੋਈ ਨਾ ਕੋਈ ਸ਼ਹੀਦ ਪਿਆ। ਬਿਲਕੁਲ ਜੀ, ਚਾਹੇ ਉਹ ਵੱਡਾ ਘੱਲੂਘਾਰ ਹੈ, ਚਾਹੇ ਉਹ ਛੋਟਾ ਘੱਲੂਘਾਰ ਹੈ, ਚਾਹੇ ਉਹ ਤੀਜਾ ਘੱਲੂਘਾਰ ਸੀ ਜੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਜੇ ਆਪਾਂ ਦੇਖੀ ਤਾਂ ਇੰਨੀਆਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਪੰਜਾਬੀਆਂ ਨੇ ਜੰਗੇ ਆਜ਼ਾਦੀ ਦੇ ਵਿੱਚ ਕਿ ਹਰ ਥਾਂ ਦੇ ਉੱਤੇ ਤੁਹਾਨੂੰ ਸ਼ਹਾਦਤ ਦੀਆਂ ਜਿਹੜੀਆਂ ਗਵਾਹੀਆਂ ਮਿਲ ਜਾਣਗੀਆਂ ਜੀ। ਲੇਕਿਨ ਇਹ ਹੈ ਕਿ ਜਿਹੜੀ ਆ ਬਾਂਦਰਾਂ ਨੂੰ ਜਦੋਂ ਬਣਾ ਦੀਆਂ ਟੋਪੀਆਂ ਮਿਲ ਜਾਣ, ਫਿਰ ਉਹ ਉਹਦੇ ਨਾਲ ਬਦਤਮੀਜ਼ੀ ਕਰਦੇ ਆ, ਉਹ ਸਿਰ ਤੇ ਲੈਣ ਦੀ ਬਜਾਏ ਨਾ ਫਿਰ ਉਹਦੇ ਤੇ ਬੈਠਦੇ ਆ, ਥੱਲੇ ਬੈਗ ਥੱਲੇ ਲੈਂਦੇ ਆ ਜੀ ਜੀ ਇਹ ਹਾਲਤ ਹੁਣ ਸਾਡੇ ਦੇਸ਼ ਦੀ ਹੈ। ਜਿਨ੍ਹਾਂ ਲੋਕਾਂ ਨੇ ਭਗਤ ਸਿੰਘ ਹੋਰਾਂ ਨੇ ਮੁਲਕ ਨੂੰ ਆਜ਼ਾਦ ਕਰਾਇਆ ਸੀ, ਉਦੋਂ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਚਮੜੀ ਨਹੀਂ ਬਦਲਣੀ, ਕਿ ਗੋਰੇ ਰੰਗ ਦੇ ਜਿਹੜੇ ਗੋਰੇ ਇਹਨਾਂ ਨੂੰ ਕਢਾ ਕੇ ਤੇ ਕਾਲੇ ਰੰਗ ਦੇ ਅੰਗਰੇਜ਼ਾਂ ਨੂੰ ਇੱਥੇ ਬਿਠਾਉਣਾ, ਜਿਹੜੇ ਸਾਨੂੰ ਲੁੱਟ ਪੱਟ ਕੇ ਖਾ ਜਾਣ, ਪਰ ਹੁਣ ਕਰੀਏ ਕੀ, ਖਾਧਾ ਜਾ ਰਿਹਾ। ਇਹ ਜੇ ਆਪਾਂ ਦੇਖੀਏ ਤਾਂ ਦੋਨਾਂ ਸਰਕਾਰਾਂ ਦੇ ਵਿੱਚ ਕੋਈ ਮੈਨੂੰ ਬਹੁਤਾ ਫਰਕ ਨਹੀਂ ਲੱਗਦਾ ਜੀ। ਤੁਹਾਡੇ ਯਾਦ ਹੋਣਾ ਮੰਡੀ ਖੁਰਦ ਪਿੰਡ ਹੈ, ਨਾਲ ਹੀ ਪੁੱਛੋ ਕੋਲੇ ਹੈ ਬਾਲਿਆਂ ਵਾਲੀ ਤੇ ਪੁੱਛੋ ਦੇ ਦਰਮਿਆਨ ਜੀ। ਹਾਂਜੀ, ਉੱਥੇ ਜਿਹੜਾ ਹੈਗਾ ਕੂੜਾ ਡੰਪ ਬਣਾਉਣਾ ਸੀ, ਉਹਦੇ ਵਾਸਤੇ ਜ਼ਮੀਨ ਅਕਵਾਇਰ ਕਰਨੀ ਸੀ, ਅਕਾਲੀ ਦਲ ਦੀ ਸਰਕਾਰ ਸੀ। ਹਾਂਜੀ ਬਿਲਕੁਲ, ਨਗਰ ਨਿਗਮ ਬਠਿੰਡਾ ਨੇ ਉੱਥੇ ਜ਼ਮੀਨ ਅਕਵਾਇਰ ਕਰਨੀ ਸੀ, ਤੇ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਹੀ ਜਦੋਂ ਪਤਾ ਲੱਗ ਗਿਆ ਇੱਥੇ ਜ਼ਮੀਨ ਅਕਵਾਇਰ ਕਰਨੀ ਹੈ, ਯੂਥ ਅਕਾਲੀ ਦਲ ਦੇ ਲੀਡਰਾਂ ਨੇ ਉੱਥੇ ਜ਼ਮੀਨ ਖਰੀਦੀ। ਹਾਂ ਬਿਲਕੁਲ, ਉਹ ਪਿੱਛੇ ਅਟਮੀ ਲਈ ਜੀ, ਟਿੱਬਿਆਂ ਦੇ ਉੱਤੇ ਤੇ ਮੁੱਲ ਵੀ ਪੂਰੇ ਐਂ ਕਹਿਮੇ ਤੇ ਅਕਵਾਇਰ ਕਰਾਈ। ਹਾਂ, ਕਈ ਗੁਣਾ ਮਹਿੰਗੇ ਮੁੱਲ ਤੇ ਲਈ, ਲੱਖਾਂ ਚ ਤੇ ਬੱਟੇ ਕਰੋੜਾਂ ਚ, ਕਰੋੜਾਂ ਚ ਦੋ ਦੋ ਮਹੀਨਿਆਂ ਬਾਅਦ। ਨਾਲ ਉਤੋਂ ਨਹੀਂ, ਸਭ ਤੋਂ ਵੱਡੀ ਗੱਲ ਵੀ ਉਜਾੜਾ ਹੋਇਆ ਨਹੀਂ, ਉਜਾੜਾ ਪੱਤਾ ਵੀ ਲੈ ਗਏ। ਚਲੋ ਤਾਂ ਉਜਾੜਾ ਪੱਤਾ ਤਾਂ ਮਿਲਦਾ ਹੀ ਹੈ ਨਾ, ਉਜਾੜਾ ਹੋਇਆ ਨਹੀਂ ਤਾਂ ਬਸੇ ਹੀ ਨਹੀਂ, ਵਸਣ ਤੋਂ ਬਗੈਰ ਹੀ ਉਜਾੜਾ ਰਹਿ ਰਿਹਾ। ਇਸੇ ਤਰ੍ਹਾਂ ਤੁਹਾਡੇ ਯਾਦ ਹੋਣਾ ਹੈ ਕਿ ਗੋਬਿੰਦਪੁਰਾ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਜੀ, ਜਿੱਥੇ ਪਿਓ ਨਾਲ ਥਰਮਲ ਪਲਾਂਟ ਲੱਗਣਾ ਸੀ, ਉਹਦੇ ਵਾਸਤੇ ਜ਼ਮੀਨ ਅਕਵਾਇਰ ਕੀਤੀ ਸੀਗੀ। ਜ਼ਮੀਨ ਅਕਵਾਇਰ ਕਰਨ ਵਾਲੇ ਪਿੰਡ ਜਿਹੜੇ ਸੀ, ਉਹਨਾਂ ਪਿੰਡਾਂ ਦੇ ਵਿੱਚ ਆਲੇ ਦੁਆਲੇ ਦੇ ਅਕਾਲੀ ਲੀਡਰਾਂ ਨੇ ਜੀ, ਕਿਸੇ ਨੇ ਕਨਾਲ ਲੈ ਲਈ, ਕਿਸੇ ਨੇ ਡੇਢ ਕਨਾਲ ਲੈ ਲਈ, ਜ਼ਮੀਨ ਲੈ ਲਈ, ਮੁਆਵਜ਼ਾ ਵੀ ਉਹਦਾ ਲਿਆ, ਤੇ ਉਹਦੇ ਚ ਇੱਕ ਨਵਾਂ ਹੋਰ ਸਕੈਂਡਲ ਹੋਇਆ ਸੀ ਜੀ। ਕਿਉਂਕਿ ਪਤਾ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਫੈਸਲਾ ਕਰ ਲਿਆ ਸੀ, ਸਰਕਾਰ ਚੋਂ ਉਹਨਾਂ ਨੂੰ ਸੂਹ ਮਿਲ ਗਈ ਸੀ ਬਈ ਜਿਨ੍ਹਾਂ ਦੀ ਜ਼ਮੀਨ ਅਸੀਂ ਅਕਵਾਇਰ ਕਰਾਂਗੇ ਉਹਨਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇਵਾਂਗੇ। ਹਾਂਜੀ ਹਾਂ ਹਾਂ, ਤੇ ਸਰਕਾਰੀ ਨੌਕਰੀਆਂ ਵੀ ਲੈ ਲਈਆਂ, ਥਰਮਲ ਪਲਾਂਟ ਤਾਂ ਲੱਗਿਆ ਨਹੀਂ, ਲੇਕਿਨ ਜਿਹੜੇ ਨਹੀਂ ਉੱਜੜੇ ਉਹਨਾਂ ਨੂੰ ਨੌਕਰੀਆਂ ਵੀ ਮਿਲ ਗਈਆਂ, ਜਿਹੜੇ ਉੱਜੜ ਗਏ ਵਿਚਾਰੇ ਉਹ ਅਜੇ ਤੱਕ ਧੱਕੇ ਖਾਂਦੇ ਫਿਰਦੇ ਆ। ਬਿਲਕੁਲ, ਸਰਕਾਰਾਂ ਬਦਲ ਗਈਆਂ, ਲੇਕਿਨ ਜਿਹੜਾ ਹੈਗਾ ਉਹ ਜਿਹੜਾ ਇਹ ਲੁੱਟਮਾਰ ਦਾ ਤੌਰ ਤਰੀਕਾ ਨਹੀਂ ਬਦਲਿਆ। ਇਹੀ ਕੁਛ ਹੁਸ਼ਿਆਰਪੁਰ ਦੇ ਵਿੱਚ ਹੋਇਆ ਸੀ, ਆਪਾਂ ਪਹਿਲਾਂ ਨੂੰ ਡਿਸਕਸ ਕਰ ਚੁੱਕੇ ਹਾਂ ਜੀ। ਬਾਦਲ ਸਰਕਾਰ ਦੇ ਵਿੱਚ ਤੇ ਹੁਣ ਹੈ ਕੈਪਟਨ ਸਾਹਿਬ ਦੀ ਸਰਕਾਰ। ਕੈਪਟਨ ਸਾਹਿਬ ਦੀ ਸਰਕਾਰ ਦੇ ਵਿੱਚ ਇੱਕ ਨੈਸ਼ਨਲ ਹਾਈਵੇ ਬਣ ਰਹੀ ਹੈ, ਨੈਸ਼ਨਲ ਹਾਈਵੇ ਨੰਬਰ 105B। ਅੱਛਾ ਜੀ, ਇਹ ਸਿੱਧੀ ਜਿਹੜੀ ਹੈਗੀ ਹੈ ਮੋਗੇ ਤੋਂ ਬਾਇਆ ਬਾਘਾ ਪੁਰਾਣਾ ਹੋ ਕੇ ਇੱਧਰ ਰਾਮਪੁਰਾ ਫੂਲ ਕੋਲੇ ਆਉਂਦੀ ਹੈ। ਅੱਛਾ ਜੀ, ਔਰ ਜਿੱਥੇ ਮੋਗੇ ਵਾਲਾ ਬਾਈਪਾਸ ਬਣਨਾ, ਬਾਈਪਾਸ ਤੋਂ ਪਹਿਲਾਂ ਹੀ ਉੱਥੇ ਜਿਹੜਾ ਬਾਈਪਾਸ ਵਾਲੇ ਇਲਾਕੇ ਦੇ ਵਿੱਚ ਇੱਕ ਬੀਬੀ ਸੀ ਮਨਜੀਤ ਕੌਰ, ਉਹਦੀ ਜ਼ਮੀਨ ਕੌਡੀਆਂ ਦੇ ਭਾਅ ਖਰੀਦ ਲਈ। ਅੱਛਾ ਜੀ, ਤੇ 2 ਮਹੀਨਿਆਂ ਬਾਅਦ, ਕਿਉਂਕਿ ਜ਼ਮੀਨ ਅਕਵਾਇਰ ਹੋਣੀ ਸੀ, ਪਤਾ ਸੀ ਵੀ ਇੱਥੇ ਜ਼ਮੀਨ ਅਕਵਾਇਰ ਹੋਣੀ ਹੈ, ਕੌਡੀਆਂ ਦੇ ਭਾਅ ਖਰੀਦ ਕੇ ਬਹੁਤ ਮਹਿੰਗਾ ਉਹਦਾ ਉਹਨਾਂ ਨੇ ਮੁੱਲ ਵੱਟ ਲਿਆ। ਅੱਛਾ ਜੀ, ਇਹ ਗੱਲ ਸੁਲਗਦਾ 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 ਸੁਲਗ ਕੇ ਤੇ ਭਾਂਬੜ ਬਣ ਗਈ। ਅੱਛਾ ਜੀ, ਔਰ ਜਦੋਂ ਭਾਂਬੜ ਬਣੀ ਤਾਂ ਪੰਜਾਬ ਵਿਧਾਨ ਸਭਾ ਚ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਮਿਸਟਰ ਹਰਪਾਲ ਸਿੰਘ ਚੀਮਾ, ਚੀਮਾ ਆਮ ਆਦਮੀ ਪਾਰਟੀ ਦੇ MLA ਹੈ, ਚੀਮਾ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾਇਆ ਜੀ। ਉਹ ਕਹਿੰਦੇ ਵੀ ਜਿਹੜਾ ਆਹ ਕੁਛ ਹੋਇਆ ਨਾ, ਇਹਦੇ ਵਿੱਚ ਇਨਵੋਲਵਮੈਂਟ ਪੋਲੀਟੀਕਲ ਲੋਕਾਂ ਦੀ ਹੈ ਜੀ। MLA ਦਾ ਵੀ ਇੱਕ ਦਾ ਨਾਂ ਲਿਆ ਉਹਨਾਂ ਨੇ, ਪਰ ਉਹਨਾਂ ਨੇ ਜਿਹੜੀ ਮੇਨ ਜਿਹੜੀ ਉਹਨਾਂ ਦੀ ਸੂਈ ਸੀ ਉਹ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਸੀ। ਅੱਛਾ ਜੀ, ਕਿ ਗੁਰਪ੍ਰੀਤ ਸਿੰਘ ਕਾਂਗੜ ਮਾਲ ਮੰਤਰੀ ਹੈ, ਇਹਨੂੰ ਪਤਾ ਸੀ ਜ਼ਮੀਨ ਅਕਵਾਇਰ ਹੋਣੀ ਹੈ, ਇਹਦੇ ਬੰਦਿਆਂ ਨੇ ਤੇ ਇਹਨੇ ਮਿਲ ਮਿਲਾ ਕੇ ਸਾਰਾ ਇਸ ਸਕੈਂਡਲ ਨੂੰ ਅੰਜਾਮ ਦਿੱਤਾ ਹੈ। ਇਹ ਤਾਂ ਕਾਂਗੜ ਦਾ ਤਾਂ ਜੀ, ਫਿਰ ਬਾਹਲੇ ਥਾਵਾਂ ਦੇ ਉੱਤੇ ਇਹੋ ਜਿਹੇ ਮਾਮਲਿਆਂ 'ਚੋਂ ਇੱਕ ਵਿਚਾਰੇ ਦੇ NRI ਦੀ ਜ਼ਮੀਨ ਕਾ ਦੱਬਣੀ ਸੀ ਉਹਦੇ ਵਿੱਚ ਨਾ ਬੋਲ ਪਿਆ, ਇੱਕ ਕੋਈ ਆ ਸੰਗਤ ਵਾਲੇ ਰੋਈ ਪਿੱਟੀ ਜਾਂਦੇ ਸੀ ਉਹਦੇ 'ਚ ਨਾ ਬੋਲ ਪਿਆ, ਪਤਾ ਨਹੀਂ ਕਿੱਥੇ ਕਿੱਥੇ ਖਾਤੇ ਬੋਲੀ ਜਾਂਦੇ ਨੇ। ਮੌੜਾ 'ਚ ਵੀ ਬੋਲਦਾ ਨਾ। ਅੱਛਾ, ਮੌੜਾ 'ਚ ਵੀ ਬੋਲੀ ਜਾਂਦਾ। ਅੱਛਾ, ਹਾਂਜੀ, ਉਹਨੂੰ ਇਹ ਜੋ ਸਾਰਾ ਕੁਛ ਹੋਇਆ ਸੀ ਇਹਦੇ ਤੇ ਉਹਨੂੰ ਰੌਲਾ ਪੈ ਗਿਆ।
ਗੱਲਾਂ ਇਹ ਵੀ ਚੱਲ ਰਹੀਆਂ ਕਿ ਮੰਤਰੀ ਮੰਡਲ ਦੇ ਵਿੱਚ ਰੀਸ਼ਫਲ ਹੋ ਰਹੀ ਹੈ। ਜੀ ਇਹ ਵੀ ਗੱਲਾਂ ਆ ਰਹੀਆਂ ਕਿ ਇੱਕ ਜਿਹੜਾ ਹੈਗਾ ਤੁਹਾਡਾ ਮਾਲਵੇ ਦਾ ਮੰਤਰੀ ਹੈ ਜਿਹੜਾ ਤਬਦੀਲ ਕਰਨਾ ਹੈ। ਤੁਸੀਂ ਇੱਕ ਹੋਰ ਦੇਖ ਲਈ ਹੋਣੀ ਹੈ ਕਿ ਸਕੈਂਡਲ ਵੀ ਹੋਰ ਖੜਾ ਹੋ ਗਿਆ, ਰੌਲਾ ਪੈ ਗਿਆ ਫਰੀਦਕੋਟ ਚ। ਅੱਛਾ ਜੀ। ਜੈਤੋ ਦਾ ਇੱਕ ਨੌਜਵਾਨ ਆਇਆ, ਉਹਦੇ ਕੋਲ ਇੱਕ ਨੋਵਾ ਕਾਰ ਸੀ। ਅੱਛਾ ਜੀ। ਨੋਵਾ ਕਾਰ ਦਾ ਵੀ ਛੋਟਾ ਨੰਬਰ ਸੀ ਪਰ ਉਹਨੂੰ ਇੱਕ ਹੋਰ ਪੁਰਾਣਾ ਨੰਬਰ ਮਿਲ ਗਿਆ। ਅੱਛਾ ਜੀ। ਸਕੂਟਰ ਦਾ, ਉਹ ਸਕੂਟਰ ਮੁਕਤਸਰ ਸਾਹਿਬ ਦਾ, ਗੁਰਸਾਹਿਬ ਸਿੰਘ ਸੀ ਕੋਈ। ਉਹਨੇ ਸਕੂਟਰ ਤੋਂ ਮੁੱਲ ਲੈ ਲਿਆ, ਉਹਦੇ ਤੇ ਇੱਕ ਨੰਬਰ ਸੀ। ਅੱਛਾ ਜੀ। ਉਹਨੇ ਦੋਨਾਂ ਦਾ ਸਕੂਟਰ ਦਾ ਕਾਰ ਤੇ ਕਾਰ ਦਾ ਸਕੂਟਰ ਤੇ ਨੰਬਰ ਲਵਾਉਣ ਵਾਸਤੇ ਆਨਲਾਈਨ ਫੀਸ ਭਰ ਕੇ ITO ਫਰੀਦਕੋਟ ਨੂੰ ਬੇਨਤੀ ਕਰਤੀ, ਲਓ ਜੀ ਮੇਰੇ ਨਾਂ ਤੇ ਕਰ ਦਿਓ। ਤੇ ਜਦੋਂ ITO ਫਰੀਦਕੋਟ ਨੇ ਨਾ ਕਰਨਾ ਸੀ ਤੇ ਉਹਨੇ ਨਾ ਕਰਤੀ, ਉਹ ਕਹਿੰਦਾ ਨਹੀਂ ਕਾਕਾ ਜੀ ਦਾ ਕੋਰਟ ਕੇਸ ਹੈ, ਨਹੀਂ ਹੋ ਸਕਦਾ। ਅੱਛਾ ਜੀ। ਉਹ ਨੌਜਵਾਨ ਨੇ ਵਿਚਾਰੇ ਨੇ ਵਕੀਲ ਕੀਤਾ, ਪਹੁੰਚ ਗਿਆ ਤੁਹਾਡੇ ਉਹਦੇ ਚ ਅਦਾਲਤ ਚ। ਉੱਥੋਂ ਜਦੋਂ ਵਕੀਲ ਨੇ ਸਾਰੇ ਰਿਕਾਰਡ ਨੂੰ ਫੋੜਿਆ, ਉਹ ਕਹਿੰਦਾ ਇਹਦੇ ਚ ਤਾਂ ਕੋਈ ਕੇਸ ਹੀ ਹੈ ਨੀ। ਉਹ ਦੁਬਾਰਾ ਫੇਰ ਆਇਆ, ਫੇਰ ਆ ਕੇ ਕਹਿੰਦਾ ਸ਼੍ਰੀਮਾਨ ਜੀ ITO ਸਾਹਿਬ ਉਹਦਾ ਕੇਸ ਹੀ ਹੈ ਨੀ ਗਾ, ਕਿਉਂ ਮੈਨੂੰ ਭੰਬੜ ਭੂਸੇ ਚ ਪਾਇਆ। ITO ਵਿਚਾਰਾ ਬੰਦਾ ਸ਼ਰੀਫ ਹੈ ਪਰ ਕਰੇ ਕੀ, ਦੋ ਪੁੜਾਂ ਚ ਆਇਆ ਵੇ। ਅੱਛਾ ਜੀ। ਇੱਕ ਪਾਸੇ ਸਰਕਾਰ ਵਾਲਾ ਡੰਡਾ, ਪਹਿਲਾਂ ਉੱਥੇ ਡਿਪਟੀ ਕਮਿਸ਼ਨਰ ਚੰਗਾ ਆਦਮੀ ਸੀ, ਉਹਦਾ ਵੀ ਡੰਡਾ ਵੱਢਿਆ ਵਾ, ਉਹਨੂੰ ਵੀ ਵਿਚਾਰੇ ਨੂੰ ਬਦਲਤਾ। ਹਾਂ, ਉਹ ਤਾਂ ਫਿਰੋਜ਼ਪੁਰ ਤਾਂ ਕੋਈ ਜਾਣ ਨੂੰ ਤਿਆਰ ਨਹੀਂ ਹੋਇਆ ਖੜਾ, ਉੱਥੇ ਜਿੰਦਰਾ ਹੀ ਵੱਜਿਆ ਖੜਾ ਹੈ। ਉੱਥੇ ਜਿੰਦਰਾ ਵੱਜਿਆ, ਫਰੀਦਕੋਟ ਵਾਲਾ ਵੀ ਬਦਲਤਾ। ਫਰੀਦਕੋਟ ਵਾਲੇ ਨੇ ਕਹਿਤਾ ਸੀਗਾ ਵੀ ਆ ਜਿਹੜੇ ਕਰਫਿਊ ਪਾਸ ਹੈ ਨੀ ਨਾ, ਤਹਿਸੀਲਦਾਰ ਦੇ ਜਾਣਗੇ, ਗਲਤ ਹੈ। ਗਲਤ ਹੈ। ਅੱਛਾ ਜੀ। ਉਹਦੀ ਵੀ ਬਦਲੀ ਕਰਵਾਤੀ ਤੇ ਹੁਣ ਉਹ ਜਿਹੜਾ ਸੀ ਜਿਹੜਾ ITO ਹੈ, ਮੁੰਡਾ ਬੜਾ ਭਲਾ ਮਾਨ ਸਾਹਿਬ, ਬੜਾ ਸ਼ਰੀਫ ਆਦਮੀ ਹੈ, ਮੈਂ ਵੀ ਉਹਨੂੰ ਇੱਕ ਵਾਰੀ ਮਿਲਿਆ। ਬਹੁਤ ਵਧੀਆ ਬੰਦਾ, ਬੜੇ ਗਰੀਬ ਘਰ ਦਾ ਮੁੰਡਾ ਹੈ ਵਿਚਾਰਾ, ਪਹਿਲਾਂ ਕਲੈਰੀਕਲ ਸਟਾਫ ਦੇ ਵਿੱਚ ਹੁੰਦਾ ਸੀ, ਡਾਇਰੈਕਟ ਉਹ PCS ਹੋਇਆ ਵਾ। ਉਹਨੇ ਕਹਿੰਦਾ ਭਰਾਵਾ ਮੇਰੇ ਬਸ ਦਾ ਰੋਗ ਨੀ, ਕੁਸ਼ਲਦੀਪ ਸਿੰਘ ਢਿੱਲੋਂ ਕੋਲੇ ਜਾਂਦਾ ਰਿਹਾ ਤੇ ਉਹ ਤੋਂ ਟੈਲੀਫੋਨ ਕਰਾ ਦੇ। ਉਹ ਨੌਜਵਾਨ ਢਿੱਲੋਂ ਸਾਹਿਬ ਕੋਲੇ ਚਲਾ ਗਿਆ, ਢਿੱਲੋਂ ਸਾਹਿਬ ਕਹਿੰਦਾ ਦੂਜੇ ਪਾਸੇ ਵਜ਼ੀਰ ਆ, ਤੂੰ ਸਧਾਰਨ ਬੰਦਾ, ਕਾਰੋਬਾਰੀ ਬੰਦਾ, ਤੇਰਾ ਬਣੂਗਾ ਕੀ, ਤੂੰ ਨੰਬਰ ਦੇ ਦੇ। ਹੁਣ ਮੁੰਡਾ ਉਹ ਵੀ ਏਰੀਏ ਦਾ, ਉਹਦਾ ਜੀ ਨੰਬਰ ਤਾਂ। ਅੱਛਾ, ਵਜ਼ੀਰ ਸਾਹਿਬ ਨੰਬਰ ਨੂੰ ਵੀ ਪੈ ਗਏ। ਹਾਂ, ਸਕੂਟਰ ਦੇ ਛੋਟੇ ਨੰਬਰ ਨੂੰ ਪੈ ਗਏ। ਉਹ ਕਹਿੰਦਾ ਜੀ ਮੈਂ ਤਾਂ ਜਾਣਾ ਫਿਰ ਹਾਈ ਕੋਰਟ। ਹੁਣ ਨਾਂ ਨੀ ਇਹਦੇ ਚ ਆਇਆ ਕਿ ਵਜ਼ੀਰ ਸਾਹਿਬ ਕਿਹੜੇ ਹੈ ਜੀ, ਲੇਕਿਨ ਜਦੋਂ ਕਿੱਕੀ ਢਿੱਲੋਂ ਦਾ ਨਾਂ ਆ ਜਾਂਦਾ ਤਾਂ ਫਿਰ ਗੱਲ ਮੇਰੇ ਆ ਜਾਂਦੀ ਹੈ। ਗੱਲ ਬਹਿਬਲ ਕਲਾਂ ਵਾਲਾ ਜਿਹੜਾ ਸਾਬਕਾ ਸਰਪੰਚ ਦੀ ਜਿਹੜੀ ਬੜੇ ਭੇਦ ਭਰੇ ਹਾਲਾਤ ਚ ਮੌਤ ਹੋਈ ਹੈ, ਸ਼ਾਇਦ ਸਰਦਾਰ ਸੁਰਜੀਤ ਸਿੰਘ ਉਹਦਾ ਨਾਂ ਹੈ ਜੀ, ਉਹਦੇ ਤੇ ਵੀ ਉਹਨਾਂ ਦਾ ਇਲਜ਼ਾਮ ਵੀ ਇਹੀ ਹੈ ਵੀ ਸਾਡੇ ਤੇ ਪ੍ਰੈਸ਼ਰ ਪੈਂਦਾ ਸੀ ਕਿ ਤੁਸੀਂ ਵਹਿਮਨ ਕਲਾ ਕਾਂਡ ਦੇ ਵਿੱਚ ਗਵਾਹੀ ਮੁਕਰੋ। ਅਸੀਂ ਗਵਾਹੀ ਵੀ ਮੁਕਰੀ, ਉਹ ਕਹਿੰਦੇ ਜੀ ਸਾਡੇ ਤੇ ਬਿਜਲੀ ਚੋਰੀ ਦੇ ਨਜਾਇਜ਼ ਕੇਸ ਵੀ ਬਣਵਾ ਤੇ। ਫਿਰ ਉਹ ਕਹਿੰਦੇ ਜੀ ਸਾਨੂੰ ਥਾਣੇ ਚ ਫੜ ਕੇ ਦਲੀਲ ਵੀ ਕੀਤਾ ਗਿਆ। ਉਹ ਸਰਪੰਚ ਵਿਚਾਰਾ ਜਿਹੜਾ ਸਾਬਕਾ ਸਰਪੰਚ ਸੀ, ਉਹ ਜਾ ਕੇ ਜਸਟਿਸ ਰਣਜੀਤ ਸਿੰਘ ਨੂੰ ਵੀ ਮਿਲਿਆ ਸੀ ਜੀ ਕਿ ਜੱਜ ਸਾਹਿਬ ਮੈਂ ਤੁਹਾਡੇ ਕੋਲੇ ਗਵਾਹੀ ਦਿੱਤੀ ਸੀ, ਮੇਰੇ ਨਾਲ ਆਹ ਕੁਛ ਹੋ ਰਿਹਾ ਤੇ ਮੇਰਾ ਹੁਣ ਮੈਂ ਕੀ ਕਰਾਂ ਜੀ। ਜੱਜ ਸਾਹਿਬ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖਤੀ ਸੀ ਜੀ, ਇਹ ਵਿਚਾਰੇ ਦੀ ਜਾਨ ਖਤਰੇ ਚ, ਇਹਦਾ ਕੁਛ ਕਰੋ ਜੀ। ਪਰ ਉਹ ਮੁੱਖ ਮੰਤਰੀ ਨੇ ਮੇਰਾ ਗੱਲ ਸ਼ਾਇਦ ਥੱਲੇ ਭੇਜਤੀ ਹੋਵੇ ਚਿੱਠੀ, ਤੇ ਥੱਲੇ ਹੁਣ ਚਿੱਠੀਆਂ, ਫਿਰ ਚਿੱਠੀਆਂ ਤਾਂ ਫਿਰ ਚਿੱਠੀਆਂ ਹੀ ਹੁੰਦੀਆਂ, ਉਹ ਚਿੱਠੀਆਂ ਆਉਂਦੀਆਂ, ਚਿੱਠੀਆਂ ਨੂੰ ਫਿਰ ਥੱਲੇ ਅਮਲ ਤਾਂ ਕਰਨ ਦੇਣਾ। ਸਰਕਾਰੀ ਮਸ਼ੀਨਰੀ ਨੇ, ਸਰਕਾਰੀ ਮਸ਼ੀਨਰੀ ਇਸ ਵੇਲੇ ਟੈਰਰਾਈਜ਼ ਕੀਤੀ ਵੀ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਉਂ ਲੱਗਦਾ ਕਿ ਜਿਵੇਂ ਇੱਥੇ ਕੋਈ ਰਾਜ ਰਹਿਣ ਵਾਲੀ ਗੱਲ ਹੀ ਨਾ ਹੋਵੇ। ਦੱਸੋ, ਇਹ ਸਥਿਤੀ ਬਣੀ ਵੀ ਹੈ ਤੇ ਹੁਣ ਭਾਈ ਫਿਰ ਐ ਕਰੋ, ਆਪਦੇ ਖੀਸਿਆਂ ਜੇਬਿਆਂ ਨੂੰ ਉੱਤੋਂ ਸਿਉਂ ਲਓ, ਕੋਈ ਅੰਦਰਲੇ ਪਾਸੇ ਪੁਰਾਣੇ ਉਹ ਜਿਹੜੇ ਉਹ ਪਾਉਂਦੇ ਹੁੰਦੇ ਨਾ ਢਿੱਲੋਂ ਸਾਹਿਬ, ਮਾਝੇ ਵਾਲੇ ਜ਼ਿਆਦਾ ਪਾਉਂਦੇ ਸੀ ਕੁੜਤੀ, ਹਾਂਜੀ, ਜੋ ਮੱਝਾਂ ਦਾ ਵਪਾਰ ਬੜਾ ਕਰਦੇ ਉਹ ਕੁੜਤੀ ਦੇ ਵਿੱਚ, ਉੱਤੋਂ ਝੱਗੇ ਦੇ ਉੱਤੋਂ ਕੁੜਤੀ ਪਾਈ ਹੁੰਦੀ ਸੀ। ਕੁੜਤੀ ਨਾ ਜੀ, ਹੁਣ ਸ਼ਬਦ ਵਰਤੋਂ ਝੱਗੀ ਹੁੰਦੀ ਸੀ। ਝੱਗੀ, ਅੱਛਾ, ਠੀਕ ਹੈ ਜੀ। ਉਹ ਮੈਂ ਫਿਰ ਮੈਨੂੰ ਨਹੀਂ ਫਿਰ ਪਤਾ ਹੁੰਦਾ ਨਾ, ਮੈਂ ਦੱਸਤਾ ਵੀ ਉਹ ਕੁੜਤੇ ਦੇ ਥੱਲੇ ਇੱਕ ਪੈਂਦੀ ਹੁੰਦੀ ਸੀ ਬਾਲੀਆਂ ਜੇਬਾਂ ਜੀ ਵਾਲੀ, ਹੈ ਚੱਕੀ ਚੱਕੀ ਹੁੰਦੀ ਆ ਉਹ, ਜਿਹੜੀ ਜਿਹਨੂੰ ਅੰਡਰ ਸ਼ਰਟ ਵੀ ਕਹਿ ਸਕਦੇ ਆਪਾਂ ਅੰਗਰੇਜ਼ੀ। ਹਾਂ 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 ਹਾਂ, ਉਹ ਜੀ ਵੇਖੋ, ਜੇ ਕੋਈ ਸਵਾਸ ਹੂ ਕੇ ਜੇ ਲੋਕਾਂ ਦੇ ਪੈਸੇ ਜਾਇਦਾਦਾਂ ਬਚਦੀਆਂ ਤਾਂ ਜੇ ਮਾੜੇ, ਮੇਰਾ ਖਿਆਲ ਆ ਵੀ ਉਹ ਗੱਲ ਹੋਣੀ, ਕਿਉਂਕਿ ਇਹ ਮੇਰਾ ਖਿਆਲ ਇੰਨਾ ਕਿ ਤਾਂ ਪਤਾ ਲੱਗ ਗਿਆ ਗੜਬੜ ਹੋਈ ਹੈ, ਤਹਿਸੀਲਦਾਰ ਵੀ ਵਿੱਚ ਇਨਵੋਲਵ ਸੀ। ਉਹ ਤਾਂ ਐਵੇਂ ਤਾਂ ਹੋ ਨਹੀਂ ਸਕਦਾ। ਹਾਂ, ਹੁਣ ਜਿਹੜਾ ਵੱਡਾ ਤਹਿਸੀਲਦਾਰ ਆ ਉਹਦੀ ਬਦਲੀ ਕਰਤੀ ਹੈ ਜੀ ਰਣਜੀਤ ਸਾਗਰ ਡੈਮ ਤੇ। ਅੱਛਾ, ਉੱਥੇ ਚੱਲ ਵੀ ਮੇਨ ਪਾਣੀ ਨੂੰ, ਹਾਂ ਜਾਣੀ। ਦੂਜਾ ਜਿਹੜਾ ਨੈਬ ਤਹਿਸੀਲਦਾਰ ਦੀ ਸੀ ਉਹਦੀ ਢੋਲਵਾਹਾ ਡੈਮ ਤੇ ਕਰਤੀ ਹੈ। ਅੱਛਾ, ਤੂੰ ਉੱਥੇ ਪਾਣੀ ਦੇ ਗੇਟ ਦੇਖ। ਹਾਂ, ਹੁਣ ਉਹ ਦੋਵਾਂ ਦੀ ਤਾਂ ਕਰਤੀ। ਹਾਂ, ਲੇਕਿਨ ਜਿਹੜਾ ਅਸਲ ਲੈਂਡ ਮਾਫੀਆ ਹਲੇ ਉਹਨੂੰ ਹੱਥ ਨਹੀਂ ਪਾਇਆ। ਉਹਨੂੰ ਤਾਂ ਪੈਣਾ ਨਹੀਂ, ਉਹਨੂੰ ਤਾਂ ਪੈਣਾ ਹੀ ਨਹੀਂ, ਪਰ ਮੈਨੂੰ ਇਹ ਲੱਗਦੀ ਜੀ ਉਹਨੂੰ ਪਊਗਾ, ਵਾਰੀ ਆਉਣ ਵਾਲੀ ਹੈ, ਕਿਉਂਕਿ ਗੱਲ ਥੱਲੇ ਸ਼ੁਰੂ ਕਰਦੀ ਹੈ। ਉਹ ਨਾ ਢਿੱਲੋ ਸਾਹਿਬ, ਮੈਂ ਗੱਲ ਤੁਹਾਡੀ ਗੱਲ ਵਿਚਾਲੇ ਟੋਕ ਕੇ ਕਹਿੰਦਾ, ਆਪਣੇ ਕੱਲ ਪਰਸੋਂ ਨਾ ਬਿਜਲੀ ਦਾ ਫੇਰ ਪਟਾਕਾ ਪੈ ਗਿਆ ਇੱਧਰ, ਤੇ ਪੱਖੇ ਪੁੱਖੇ ਸੜ ਗਏ। ਜੋ ਪੱਖੇ ਸੜ ਗਏ ਤੇ ਉਹ ਸ਼ਿਕਾਇਤ ਤੁਹਾਨੂੰ ਪਤਾ ਮੇਰੀ ਪਹਿਲਾਂ ਹੀ ਕੀਤੀ ਵੀ ਸੀਗੀ ਆ ਚੇਅਰਮੈਨ ਨੂੰ, ਅੱਜ ਤੋਂ ਕੋਈ ਫਰਵਰੀ ਮਹੀਨੇ ਦੀ, ਵੀ ਸਾਡੇ ਪਹਿਲਾਂ ਵੀ ਦੋ ਵਾਰੀ ਨੁਕਸਾਨ ਹੋ ਗਿਆ, ਹੁਣ ਫੇਰ ਹੋਊਗਾ, ਤੁਸੀਂ ਇਹਨੂੰ ਦਰੁਸਤ ਕਰਾਓ। ਉਹਦੀ ਇਨਕੁਆਇਰੀ ਲੱਗ ਗਈ ਮਿਸਟਰ ਗਰੇਵਾਲਾ ਕੋਈ, ਉਹਨਾਂ ਨੇ ਮੇਰੀ ਫੇਸਬੁੱਕ ਦੇ ਵੀਡੀਓ ਦੇਖ ਲਈ, ਉਹਨਾਂ ਨੇ ਇਨਕੁਆਇਰੀ। ਉਹ ਜੇਈ ਜਿਹੜਾ ਵਿਚਾਰਾ ਅੱਧੀ ਰਾਤ ਨੂੰ ਆ ਜਾਂਦਾ, ਉਹਨੂੰ ਜਦੋਂ ਮਰਜ਼ੀ ਆਵਾਜ਼ ਮਾਰ ਲਓ, ਪਿੱਟੀ ਜਾਂਦਾ, ਕਹਿੰਦਾ ਬਾਈ ਜੀ ਗਾਜ ਮੇਰੇ 'ਤੇ ਹੀ ਡਿੱਗਣੀ ਆ, ਮੈਂ ਹੀ ਮਾਰਿਆ।
हाँ जी जी चलो मेहरबानी लगता जी, भी हूँ। हाँ वेख शुक्रिया दे, जी, धन्यवाद जी। एक ब्रेक ले लीए, फिर ब्रेक तो बाद फिर मिलते हैं, जुड़े रहो रेडियो पंजाब टुडे दे। ओए मेरे वीर, हाँ मैनू बस एक गल दस दे भी, आ जेडी तू ट्रैवलिंग करदा ते ओदे तो बाद फ्रेश रहना, एदा राज की है? एदा राज है अर्लिंगटन फ्यूल स्टॉप। अर्लिंगटन फ्यूल स्टॉप 1801 पायनियर स्ट्रीट हाईवे एग्जिट 208 ते, जिथे तुहानू फ्री कॉफी, फ्री फैक्स सर्विस, फ्री ट्रक पार्किंग, रोटी, ठेका, लॉन्ड्री, शावर ते ट्रकां दा होर भी सामान आसानी नाल मिलेगा। हुणे कॉल करो 360-652-6066 यानी 360-652-6066। ए दो लोकेशनां तो सेवावां प्रदान करदे ने। सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स। फोन नंबर 6167973। पीजीआई चंडीगढ़ अते मैक्स अस्पताल बठिंडा दे मानसिक रोगां अते नशा छुड़ाउण दे माहिर डॉक्टर सतीश थापर हुण अपने क्लिनिक विच हर रोज सवेरे 9 बजे तो 12 बजे तक अते फिर 2 बजे तो लेके शाम 7 बजे तक सलाह लई मिलनगे। पता नोट कर लो, डॉक्टर सतीश थापर, इंटीग्रेटिव साइकेट्रिक केयर, सामने गुरुद्वारा साहिब, नामदेव रोड, बठिंडा। संपर्क नंबर 98142-32345 यानी के 9814232345। ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर। क्विक ट्रक ल्यूब। बेकरसफील्ड विखे यूनियन अते प्लांस रोड दे कॉर्नर ते खुल गया है नवा ट्रक स्टॉप यूनियन विलेज, जिथे मिलदा है वधिया गैस अते बिना बायोडीजल दे वधिया ते सस्ता डीजल, हर तरह दी ग्रोसरी, चाइनीज अते इंडियन रेस्टोरेंट, जिथे मिलेगा वधिया खाना, दो परौंठे सिर्फ 499 च। ट्रक ड्राइवर वीरा लई टू गो अते बैठ के खान लई वधिया जगह, नवे अते पुराने टायरा लई अते ट्रकां दी माइनर रिपेयर लई अज ही कॉल करो सुखी कुम्मण, 6618858 6618885 एड्रेस 2201 साउथ यूनियन एवेन्यू बेकर्सफील्ड कैलिफोर्निया 93307 यूनियन विलेज। जेबी ट्रक रिपेयर यूपा सिटी, सर्टिफाइड क्यूमिंस, डेट्रॉइट फ्रेट लाइनर, वेस्टर्न स्टार, वॉल्वो, कैटरपिलर अते सीरीज 60 इंजन्स, इंटरनेशनल अते ऑटोमेटिक ट्रांसमिशंस, 5 साल दा फ्रेट लाइन डीलरशिप दा एक्सपीरियंस, ए इंजन, ट्रक, ट्रेलर, एसी, इलेक्ट्रिकल, डीपीएफ, डीईएफ रिपेयर करदे हन, ट्रांसमिशन, रियर एंड, ब्रेक्स, ऑयल चेंज कर देंदे हन, सर्टिफाइड 90-डे डीओटी इंस्पेक्शन अते सर्टिफाइड एनुअल फेडरल डीओटी इंस्पेक्शन करते हैं, 100 माइल दे रेडियस विच रोड असिस्टेंस 24/7, नवे कस्टमर्स लई 10% डिस्काउंट, हफ्ते दे 7 दिन सवेरे 7 तो शामी 7 बजे तक खुले रहंदे हैं। होर जानकारी लई कॉल जगरूप बॉयल 916-696-0634 या जगराज बल 530-339-15। एड्रेस 3894 रेल रोड एवेन्यू यूबा सिटी, इत्थे हुण ट्रकां दे यूज्ड ते ब्रांड न्यू टायर भी मिलते हैं। प्रोग्राम समाधान दे विच तुहाडा मुड़ तों स्वागत है। तुहानूं दस दईए जी कि अज्ज दा इह प्रोग्राम पिंड भैणी वडिंगा जिला लुधियाणा दे साडे लिसनर्स वल्लों स्पोंसर कीता गया जी। बेकरसफील्ड एरिए दे विच बिजली दे भारी बिल्लां तों निजात पाउण दे लई तुसीं जतिंदर सिंह तूर होरां नाल संपर्क कर सकदे हो, 6617541722 6617541722 दे उत्ते। ते जतिंदर जी प्रॉपर्टी रियल स्टेटर भी ने, वधिया प्रॉपर्टी, कार बार, कोई व्यापारिक स्थान, कोई स्टोर वगैरह लेना तां भी तुसीं इन्हां नाल संपर्क कर सकदे हो। बाकी ये कहिंदे ने कि अमरीका च कितों भी तुसीं मेरे नाल संपर्क कर लो, कनेडा चो कर लो, जे तुहानूं लगदा सलाह लैणी है, सलाह दा कोई पैसा नहीं लगदा, सोलर सिस्टम बारे इन्हां नाल जानकारी कितें ना कितें जरूर सांझी करो, 6617541722।